ਤਨਸੈ ਕ੍ਰੈਡਿਟਮੈਂਟ ਵੀ ਤਾਇਨਾਤ ਕੀਤੀ ਗਈ ਹੈ ਔਰ ਇਹਨਾਂ ਦੇ ਵੱਲੋਂ ਬੂਟਸ ਦੇ ਜ਼ਰੀਏ ਜਾ ਕੇ ਦਰਿਆ ਦੇ ਅੰਦਰ ਜਿਹੜੇ ਘਰ ਆ ਉਹਨਾਂ ਦੇ ਵਿੱਚ ਪਾਣੀ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਫੂਡ ਪੈਕੇਟਸ ਔਰ ਪਾਣੀ ਦੀਆਂ ਬੋਟਲਸ ਔਰ ਇਹਦੇ ਨਾਲ ਨਾਲ ਬਾਕੀ ਦਾ ਜਿਹੜਾ ਸਮਾਨ ਹੈ ਫਰਸਟ ਏਡ ਕਿਟਸ ਹੋ ਗਈਆਂ ਜਾਂ ਫਿਰ ਜੇ ਕਿਸੇ ਨੂੰ ਕੋਈ ਦਵਾਈ ਬੂਟੀ ਦੀ ਲੋੜ ਹੈ ਤਾਂ ਉਹ ਦਵਾਈਆਂ ਵੀ ਇਹਨਾਂ ਵੱਲੋਂ ਪਹੁੰਚਾਈਆਂ ਜਾ ਰਹੀਆਂ ਨੇ ਦਰਿਆ ਦੀ ਅੰਦਰਲੇ ਪਾਸੇ ਵੀ ਕਈ ਘਰ ਹੈਗੇ ਆ ਕਈ ਪਿੰਡ ਵੀ ਵਸੇ ਹੋਏ ਆ ਉਹਨਾਂ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਾ ਕੇ ਆਰਮੀ ਮਦਦ ਲੋਕਾਂ ਦੀ ਕਰਦੀ ਹੋਈ ਨਜ਼ਰ ਆ ਰਹੀ ਹੈ ਵੋਟਸ ਦੇ ਵਿੱਚ ਸਮਾਨ ਸਟੋਰ ਕਰ ਲਿਆ ਜਾਂਦਾ ਔਰ ਅਗਲੇ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਜਲੰਧਰ ਸੁਲਤਾਨਪੁਰ ਲੋਧੀ ਦੇ ਜਿਸ ਇਲਾਕੇ ਦੇ ਵਿੱਚ ਹੜ ਆਏ ਆ ਸਤਲੁਜ ਦਰਿਆ ਦਾ ਬੰਨ ਟੁੱਟਿਆ ਉਹਨਾਂ ਇਲਾਕਿਆਂ ਦੇ ਵਿੱਚ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਇਲਾਕਿਆਂ ਦੇ ਵਿੱਚ ਪ੍ਰਸ਼ਾਸਨ ਪਹੁੰਚ ਰਿਹਾ ਉੱਥੇ ਹੀ 18 ਸਿੱਖ ਰੈਜੀਮੈਂਟ ਵੀ ਤਾਇਨਾਤ ਕੀਤੀ ਗਈ ਹੈ ਔਰ ਇਹਨਾਂ ਦੇ ਵੱਲੋਂ ਬੂਟਸ ਦੇ ذریعے ਜਾ ਕੇ ਦਰਿਆ ਦੇ ਅੰਦਰ ਜਿਹੜੇ ਘਰ ਆ ਉਹਨਾਂ ਦੇ ਵਿੱਚ ਪਾਣੀ ਪਹੁੰਚਾਇਆ ਜਾ ਰਿਹਾ ਉਹਨਾਂ ਦੇ ਵਿੱਚ ਖਾਣ ਪੀਣ ਦਾ ਸਮਾਨ ਵਹਈਆ ਕਰਵਾਇਆ ਜਾ ਰਿਹਾ ਔਰ ਬੂਟ ਜਿਹੜੀ ਆ ਇੱਕ ਹੁਣ ਕਿਨਾਰੇ ਲੱਗੀ ਹੈ ਇਸ ਪਾਸੇ ਆ ਕੇ ਔਰ ਦਰਿਆ ਦੇ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਦੇ ਵੱਲੋਂ ਫੂਡ ਪੈਕੇਟਸ ਔਰ ਪਾਣੀ ਦੀਆਂ ਬੋਟਲਸ ਔਰ ਇਹਦੇ ਨਾਲ ਨਾਲ ਬਾਕੀ ਦਾ ਜਿਹੜਾ ਸਮਾਨ ਹੈ ਫਰਸਟ ਏਡ ਕਿਟਸ ਹੋ ਗਈਆਂ ਜਾਂ ਫਿਰ ਜੇ ਕਿਸੇ ਨੂੰ ਕੋਈ ਦਵਾਈ ਬੂਟੀ ਦੀ ਲੋੜ ਹੈ ਤਾਂ ਉਹ ਦਵਾਈਆਂ ਵੀ ਇਹਨਾਂ ਵੱਲੋਂ ਪਹੁੰਚਾਈਆਂ ਜਾ ਰਹੀਆਂ ਨੇ ਤਾਂ ਦਰਿਆ ਦੇ ਅੰਦਰਲੇ ਪਾਸੇ ਵੀ ਕਈ ਘਰ ਹੈਗੇ ਆ ਇਹ ਪਿੰਡ ਵੀ ਵਸੇ ਹੋਏ ਆ ਉਹਨਾਂ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਾ ਕੇ ਆਰਮੀ ਮਦਦ ਲੋਕਾਂ ਦੀ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਉੱਥੇ ਹੀ ਬੋਟਸ ਇੱਕੋ ਇੱਕ ਜਰੀਆ ਬੋਟਸ ਇੱਕੋ ਇੱਕ ਸਹਾਰਾ ਹੈ ਜਿਸ ਦੇ ذریعے ਜਾ ਕੇ ਅੰਦਰ ਮਦਦ ਪਹੁੰਚਾਈ ਜਾ ਸਕਦੀ ਹੈ ਮਦਦ ਕੀਤੀ ਜਾ ਸਕਦੀ ਹੈ ਔਰ ਬੋਟਸ ਦੇ ذریعے ਹੀ ਜਾ ਜਾ ਕੇ ਅੰਦਰ ਤੱਕ ਸਮਾਨ ਪਹੁੰਚਾਇਆ ਜਾਂਦਾ ਹੈ ਪਹੁੰਚਾਇਆ ਜਾ ਰਿਹਾ ਹੈ ਔਰ ਜਿੱਥੇ ਵੀ ਕੋਈ ਭੀੜ ਪੈਂਦੀ ਹੈ ਜਿੱਥੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਫਿਰ ਉਥੇ ਆਰਮੀ ਲਗਾਈ ਜਾਂਦੀ ਹੈ ਉਥੇ ਹੀ ਆਰਮੀ ਦੇ ਵੱਲੋਂ ਵੀ ਮਦਦ ਪਹੁੰਚਾਈ ਜਾਂਦੀ ਹੈ ਤਾਂ ਆਰਮੀ ਦੇ ਜਵਾਨਾਂ ਦੇ ਵੱਲੋਂ ਇਸ ਇਲਾਕੇ ਦੇ ਵਿੱਚ ਕੰਮ ਕੀਤਾ ਜਾ ਰਿਹਾ ਇਸ ਇਲਾਕੇ ਦੇ ਵਿੱਚ ਮਦਦ ਪਹੁੰਚਾਈ ਜਾ ਰਹੀ ਹੈ ਇਸ ਇਲਾਕੇ ਦੇ ਵਿੱਚ ਰਾਹਤ ਨੂੰ ਲੈ ਕੇ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਆ ਕਿਉਂਕਿ ਜਿਹੜੇ ਅੰਦਰਲੇ ਪਿੰਡ ਆ ਉਹਨਾਂ ਦੇ ਲੋਕਾਂ ਦਾ ਬਾਹਰ ਨਿਕਲਣਾ ਔਖਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਤੇਜ਼ ਸੀ ਪਰ ਅੱਜ ਵਹਾਅ ਪਾਣੀ ਦਾ ਘਟਿਆ ਪਰ ਪਾਣੀ ਦਾ ਲੈਵਲ ਜੋ ਹੈ ਉਹ ਬਹੁਤ ਜ਼ਿਆਦਾ ਹੈ ਪਾਣੀ ਦਾ ਲੈਵਲ ਜ਼ਿਆਦਾ ਹੋਣ ਕਰਕੇ ਉੱਥੇ ਆਉਣਾ ਜਾਣਾ ਔਖਾ ਪਰ ਇਸ ਤਰੀਕੇ ਦੇ ਨਾਲ ਬੋਟਸ ਦੇ ਵਿੱਚ ਸਮਾਨ ਸਟੋਰ ਕਰ ਲਿਆ ਜਾਂਦਾ ਔਰ ਅਗਲੇ ਪਿੰਡਾਂ ਤੱਕ ਪਹੁੰਚਾਇਆ ਜਾ ਰਿਹਾ ਔਰ ਇਸ ਦੇ ਨਾਲ ਹੀ ਹੁਣ ਅਗਲੀ ਤਸਵੀਰ ਜਿਹੜੀ ਇਸ ਪਾਸੇ ਦੀ ਹੈ ਜਿੱਥੇ ਕੈਂਪ ਵੀ ਲੱਗਿਆ ਹੋਇਆ ਆ ਆਰਮੀ ਦਾ ਔਰ ਇਸ ਦੇ ਨਾਲ ਹੀ ਇਸ ਦੇ ਪਰਲੇ ਪਾਸੇ ਜੋ ਦਵਾਈਆਂ ਵਾਸਤੇ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉੱਥੇ ਡਾਕਟਰਸ ਡਾਕਟਰਸ ਵੀ ਤਾਇਨਾਤ ਕੀ ਕਨਾਂਤ ਕੀਤੇ ਗਏ ਆਰਮੀ ਦੇ ਵੱਲੋਂ ਔਰ ਆਰਮੀ ਦੇ ਡਾਕਟਰਸ ਉਹਨਾਂ ਦੀ ਜਾਂਚ ਪੜਤਾਲ ਕਰਦੇ ਆ ਫਿਰ ਉੱਥੇ ਜੇ ਕਿਸੇ ਨੂੰ ਲੋੜ ਹੁੰਦੀ ਹੈ ਕਿਸੇ ਦਵਾਈ ਦੀ ਲੋੜ ਆ ਤਾਂ ਉਹ ਦਵਾਈ ਵੀ ਮੌਕੇ ਦੇ ਉੱਪਰ ਹੀ ਉਹਨਾਂ ਨੂੰ ਦਿੱਤੀ ਜਾਂਦੀ ਆ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਫਸਟ ਫਸਟ ਏਡ ਕਿਟ ਜਿਹੜੀ ਆ ਉਹ ਉਸ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਇਹਨਾਂ ਦੇ ਕੋਲ ਜ਼ਿਆਦਾ ਨਹੀਂ ਆ ਹੋਰ ਜਿਹੜੀਆਂ ਕੋਈ ਬੁਖਾਰ ਕਿਸੇ ਨੂੰ ਡੇਂਗੂ ਮਲੇਰੀਆ ਇਸ ਤਰ੍ਹਾਂ ਦੀਆਂ ਜੇ ਕਿਸੇ ਨੂੰ ਦਿੱਕਤਾਂ ਸਮੱਸਿਆਵਾਂ ਆਉਂਦੀਆਂ ਨੇ ਤਾਂ ਉਹਨਾਂ ਦਾ ਵੀ ਮੌਕੇ ਤੇ ਇਲਾਜ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਬਤਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਮੰਡਾਲਾ ਚਨਾ